ਤਾਂ ਹਾਸੋਹੀਣ ਅਤੇ ਮਜ਼ਾਕ ਆ, ਕੋਝਾ ਮਜ਼ਾਕ ਕੀਤਾ ਸਰਕਾਰ ਨੇ ਕਿ 52 ਪੋਸਟਾਂ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਅਨੇਕਾਂ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਨੇ। ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਕਿਹਾ ਜਾਂਦਾ ਪਰੰਤੂ ਗਾਲ ਮੰਤਰੀ ਨੇ, ਜਿਹੜੇ ਬੇਰੁਜ਼ਗਾਰਾਂ ਨੂੰ ਗਾਲਾਂ ਕੱਢਦੇ ਆ, ਇਸੇ ਥਾਂ 'ਤੇ ਲਾਠੀਆਂ ਜਿਹੜਾ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾਂਦੀਆਂ ਨੇ। ਅਸੀਂ ਕਰੀਬ 6 ਮਹੀਨਿਆਂ ਤੋਂ ਲੈ ਕੇ ਲਗਾਤਾਰ ਸਿੱਖਿਆ ਵਿਭਾਗ ਦੇ ਵਿੱਚ 15,000 ਬੇਰੁਜ਼ਗਾਰ ਬੀਐਡ ਨੂੰ ਭਰਤੀ ਕਰਨ ਦੀ ਮੰਗ ਕਰਦੇ ਆ ਰਹੇ ਹਾਂ। ਹੈਗਾ ਗਾ ਇਹਨਾਂ ਨੇ ਪਾਣੀ ਦੀਆਂ ਵਿਛਾੜਾਂ ਦਾ ਵੀ ਇਹ ਲੱਗਦਾ ਕਿ ਅਸੀਂ ਸਾਡੇ ਨਾਲ ਤੁਸੀਂ ਦੇਖਿਆ ਗਾ ਕਿ ਹੁਣ ਵੀ ਧੱਕਾ ਮੁੱਕੀ ਹੋਈ ਹੈਗੀ। ਅਤੇ ਅੱਜ ਜਿਹੜਾ ਸਾਡਾ ਮੇਨ ਪਰਪਜ਼ ਆ ਉਹ ਅਸੀਂ ਉੱਥੋਂ DC ਦਫ਼ਤਰ ਅੱਗੋਂ ਜਿਹੜਾ ਧਰਨਾ ਸਾਡਾ ਪੱਕਾ ਚੱਲ ਰਿਹਾ ਸੀਗਾ ਉਹ ਉੱਥੋਂ ਤੋਂ ਸ਼ਿਫਟ ਕਰਕੇ ਇੱਥੇ ਲਗਾ ਰਹੇ ਹਾਂਗੇ। ਅਤੇ ਅਸੀਂ ਉਹਨਾਂ ਟਾਈਮ ਇੱਥੇ ਆਪਣਾ ਪੱਕਾ ਧਰਨਾ ਜਾਰੀ ਰੱਖਣਾ ਗਾ ਜਿੰਨਾ ਟਾਈਮ ਸਾਡੇ ਨਾਲ ਵਿਜੇਂਦਰ ਸਿੰਗਲਾ ਸਰ ਗੱਲ ਨਹੀਂ ਕਰਦੇ ਹੈਗੇ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਸਹਿਰ, ਉਹਨਾਂ ਦੀ ਕੋਠੀ ਮੂਹਰੇ ਪੱਕਾ ਧਰਨਾ ਲਾ ਕੇ ਬੈਠੇ ਹੋਏ ਆ। ਪਿਛਲੇ 6 ਮਹੀਨਿਆਂ ਤੋਂ DC ਦਫ਼ਤਰ ਮੂਹਰੇ ਬੈਠੇ ਹੋਏ ਆ, ਅੱਜ ਉਹਨਾਂ ਦੀ ਕੋਠੀ ਦੇ ਮੂਹਰੇ ਉਦੋਂ ਤੱਕ ਜਾਮ ਲਾ ਕੇ ਰੱਖਾਂਗੇ, ਉਦੋਂ ਤੱਕ ਧਰਨਾ ਲਾ ਕੇ ਰੱਖਾਂਗੇ। ਅਤੇ ਜਦੋਂ ਤੱਕ ਬੇਰੁਜ਼ਗਾਰਾਂ ਨਾਲ ਬੈਠ ਕੇ ਸਿੱਖਿਆ ਮੰਤਰੀ ਪੰਜਾਬ ਦੇ ਵਿੱਚ 15,000 BA.TET ਪਾਸ ਅਧਿਆਪਕਾਂ ਨੂੰ ਭਰਤੀ ਕਰਨ ਦਾ ਐਲਾਨ ਨਹੀਂ ਕਰਦੇ। ਪੋਸਟਾਂ ਕੱਢੀਆਂ ਨੇ, ਇਸ ਨੂੰ ਉਹਦੇ ਗਲ ਵਿੱਚ ਪਾ ਕੇ ਆਉਣਾ, ਉਹਦੇ ਮੂੰਹ ਤੇ ਮਾਰ ਕੇ ਆਉਣਾ ਕਿ ਇਹ ਪੋਸਟਾਂ ਸਾਨੂੰ ਮਨਜ਼ੂਰ ਜੀਤ ਕੌਰ BA.TET ਪਾਸ ਯੂਨੀਅਨ ਪੰਜਾਬ ਜਰਨਲ ਸਕੱਤਰ। ਇਸ ਤਰ੍ਹਾਂ ਦਾ ਧਰਨਾ ਜੀ ਕਿੱਥੇ ਲਾਏ ਸਰ? ਤੁਹਾਨੂੰ ਪਤਾ ਹੈ ਕਿ ਅਸੀਂ 8 ਸਤੰਬਰ ਤੋਂ ਲੈ ਕੇ DC ਦਫ਼ਤਰ ਅੱਗੇ ਧਰਨਾ ਲਗਾ ਰਹੇ, ਪੱਕਾ ਸਾਡਾ ਧਰਨਾ ਚੱਲ ਰਿਹਾ ਹੈਗਾ। ਸਾਡਾ ਜਿਹੜਾ ਪਰਪਜ਼ ਹੈਗਾ ਪੋਸਟਾਂ ਦੇ ਲਈ ਹੈਗਾ, ਅਸੀਂ ਸਿੱਖਿਆ ਮੰਤਰੀ ਨਾਲ ਬਹੁਤ ਜ਼ਿਆਦਾ ਮੀਟਿੰਗਾਂ ਕਰ ਲਈਆਂ ਨੇ ਜੋ ਕਿ ਬੇਸਿੱਟਾਂ ਰਹੀਆਂ ਨੇ ਹੁਣ ਤੱਕ। ਅਤੇ ਹੁਣ ਤੁਸੀਂ ਦੇਖਿਆ ਕਿ ਪਰਸੋਂ ਜਿਹੜਾ ਨੋਟੀਫਿਕੇਸ਼ਨ ਦਿੱਤਾ ਹੈਗਾ ਉਹਨਾਂ ਨੇ, ਉਹਦੇ ਵਿੱਚ ਪੰਜਾਬੀ ਦੀਆਂ 60 ਪੋਸਟਾਂ ਅਤੇ SST ਦੀਆਂ 52 ਪੋਸਟਾਂ ਅਤੇ ਹਿੰਦੀ ਦੀਆਂ 40 ਪੋਸਟਾਂ ਦਿੱਤੀਆਂ ਨੇ ਜਿਹੜੀਆਂ ਕਿ ਮਿਲਾ ਕੇ 152 ਬਣਦੀਆਂ ਨੇ। ਅਤੇ ਇਸ ਦਾ ਜਿਹੜਾ ਹੈਗਾ ਕਿ ਜ਼ਿਆਦਾ ਜਿਹੜਾ ਹੈਗਾ SST 3 ਸਬਜੈਕਟਾਂ ਨਾਲ ਹੈਗੀ, ਹਿੰਦੀ ਨਾਲ ਵੀ ਆ, ਪੰਜਾਬੀ ਨਾਲ ਵੀ ਆ ਅਤੇ ਇੰਗਲਿਸ਼ ਨਾਲ ਵੀ ਕੰਬੀਨੇਸ਼ਨ ਹੈਗਾ। ਅਤੇ ਇਹ ਲਗਭਗ 30,000 ਦੇ ਕਰੀਬ ਕੈਂਡੀਡੇਟ ਇਕੱਲਾ SST ਦਾ ਗਾ। ਇਹ ਇੱਕ ਹਾਸੋਹੀਣ ਅਤੇ ਮਜ਼ਾਕ ਆ, ਕੋਝਾ ਮਜ਼ਾਕ ਕੀਤਾ ਸਰਕਾਰ ਨੇ ਕਿ 52 ਪੋਸਟਾਂ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਅਨੇਕਾਂ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਨੇ। ਅਤੇ ਇੱਕ ਖਾਸ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਪੰਜਾਬ, ਸਾਰੇ ਪੰਜਾਬ ਨੂੰ ਛੱਡ ਕੇ ਹੁਣ ਤੱਕ ਕਦੇ ਵੀ ਇਹ ਨਹੀਂ ਹਿਸਟਰੀ ਦੇ ਵਿੱਚ ਨਹੀਂ ਵਾਪਰਿਆ ਹੈਗਾ ਕਿ ਇਕੱਲੇ ਬਾਰਡਰ ਏਰੀਏ 'ਤੇ ਭਰਤੀ ਕੀਤੀ ਗਈ ਹੋਵੇ। ਅਤੇ ਇਸ ਵਾਰ ਜਿਹੜਾ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਸਿਰਫ ਇਕੱਲਾ ਬਾਰਡਰ ਏਰੀਏ ਨੂੰ ਦਿੱਤਾ ਗਾ, ਜੋ ਕਿ ਸਾਨੂੰ ਸਾਰਿਆਂ ਨੂੰ ਇਹ ਪਤਾ ਗਾ ਕਿ ਜਿਹੜੇ ਕੈਂਡੀਡੇਟ ਅਸੀਂ ਇਹ ਕਹਿ ਸਕਦੇ ਹਾਂਗੇ ਕਿ 70-30 ਦਾ ਰੇਸੋ ਕਰ ਸਕਦੇ ਨੇ, ਵੀ ਜਿਹੜੇ ਜਿਨ੍ਹਾਂ ਦੇ ਬਾਅਦ ਵਿੱਚ ਨੰਬਰ ਹੋਵੇ ਉਹਨਾਂ ਨੂੰ ਬਾਰਡਰ ਏਰੀਏ ਦੇ ਵਿੱਚ ਚੋਇਸ ਦੇ ਅਕੋਰਡਿੰਗ ਨਾ ਦੇਣ। ਬਟ ਇਹ ਨਹੀਂ ਹੋ ਸਕਦਾ ਹੁੰਦਾ ਕਿ ਜਿਹੜੀ ਜਿੱਦਾਂ ਦੇ ਉਹ ਰਿਟਾਇਰਮੈਂਟ ਦੀ ਹੀ ਆਪਣੀ ਉਮਰ ਆ ਜਿਹੜੀ 58 ਸਾਲ ਤੱਕ ਉੱਥੇ ਹੀ ਰਹੇ। ਅਤੇ ਇਸ ਤਰ੍ਹਾਂ ਨਾਲ ਅੱਜ ਤੁਸੀਂ ਦੇਖਿਆ ਗਾ ਕਿ ਪਹਿਲਾਂ ਵੀ ਸਾਡੇ ਉੱਤੇ 24 ਨਵੰਬਰ ਨੂੰ ਵੀ ਲਾਠੀਚਾਰਜ ਹੋਇਆ ਗਾ, 17 ਨਵੰਬਰ ਨੂੰ ਵੀ ਲਾਠੀਚਾਰਜ ਹੋਇਆ ਸੀਗਾ, ਉਹਦੇ ਵਿੱਚ ਸਾਡੇ ਅਨੇਕਾਂ ਸੀਗੇ, 24 ਦੇ ਕਰੀਬ ਸੀ ਜਿਹੜੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਸੀਗੀਆਂ, ਫੱਟੜ ਹੋਏ ਸੀਗੇ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ। ਅਤੇ ਅੱਜ ਵੀ ਉੱਦਾਂ ਦਾ ਹੀ ਮਾਹੌਲ ਲੱਗਦਾ ਗਾ ਕਿ ਜਿਹੜਾ ਹੈਗਾ ਗਾ ਇਹਨਾਂ ਨੇ ਪਾਣੀ ਦੀਆਂ ਵਿਛਾੜਾਂ ਦਾ ਵੀ ਇਹ ਲੱਗਦਾ ਕਿ ਅਸੀਂ ਸਾਡੇ ਨਾਲ ਤੁਸੀਂ ਦੇਖਿਆ ਗਾ ਕਿ ਹੁਣ ਵੀ ਧੱਕਾ ਮੁੱਕੀ ਹੋਈ ਹੈਗੀ। ਅਤੇ ਅੱਜ ਜਿਹੜਾ ਸਾਡਾ ਮੇਨ ਪਰਪਜ਼ ਆ ਉਹ ਅਸੀਂ ਉੱਥੋਂ DC ਦਫ਼ਤਰ ਅੱਗੋਂ ਜਿਹੜਾ ਧਰਨਾ ਸਾਡਾ ਪੱਕਾ ਚੱਲ ਰਿਹਾ ਸੀਗਾ ਉਹ ਉੱਥੋਂ ਤੋਂ ਸ਼ਿਫਟ ਕਰਕੇ ਇੱਥੇ ਲਗਾ ਰਹੇ ਹਾਂਗੇ।
ਤੇ ਅਸੀਂ ਉਹਨਾਂ ਟਾਈਮ ਇੱਥੇ ਆਪਣਾ ਪੱਕਾ ਧਰਨਾ ਜਾਰੀ ਰੱਖਣਾ ਗਾ ਜਿੰਨਾ ਟਾਈਮ ਸਾਡੇ ਨਾਲ ਵਿਜੇਂਦਰ ਸਿੰਗਲਾ ਸਰ ਗੱਲ ਨਹੀਂ ਕਰਦੇ ਹੈਗੇ ਜਿਹੜੀਆਂ ਇਹ ਪੋਸਟਾਂ ਨਾ ਮਾਤਰ ਪੋਸਟਾਂ ਦਿੱਤੀਆਂ ਨੇ ਕਿਆ 2182 ਪੋਸਟਾਂ ਜਦਕਿ 60,000 ਦੇ ਕਰੀਬ ਜਿਹੜਾ ਟੈਟ ਪਾਸ ਹੈਗਾ 20,000 ਦੇ ਕਰੀਬ ਜਿਹੜਾ ਹੁਣ ਨਵਾਂ ਟੈਟ ਹੋਇਆ ਗਾ ਉਹਦਾ ਜਿਹੜੀ ਰਿਜ਼ਲਟ ਆ ਉਹ ਡਿਕਲੇਅਰ ਕਰਨਾ ਬਾਕੀ ਹੈਗਾ ਆਂਸਰ ਕੀ ਪੈ ਚੁੱਕੀ ਆ ਉਹਦੇ ਵਿੱਚ 20,000 ਦੇ ਲਗਭਗ ਹੋਰ ਜਿਹੜਾ ਟੈਟ ਪਾਸ ਕੈਂਡੀਡੇਟ ਆ ਰਿਹਾ ਹੈਗਾ ਤੁਸੀਂ ਇਹ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੰਨੇ 70,000 80,000 ਦੇ ਲਗਭਗ ਟੈਟ ਪਾਸ ਨੂੰ 2182 ਪੋਸਟਾਂ ਦੇਣੀਆਂ ਇੱਕ ਹਾਸੋਹੀਣਾ ਅਤੇ ਕੁਝ ਮਜ਼ਾਕ ਵਾਲੀ ਗੱਲ ਹੈਗੀ ਜੋ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨਾਕਾਮੀਆਂ ਦਿਖਾਉਂਦੀ ਹੋਈ ਹੈਗੀ ਅਤੇ ਇਸ ਤਰ੍ਹਾਂ ਨਾਲ ਅਸੀਂ ਅੱਜ ਇੱਥੇ ਉਹਨਾਂ ਟਾਈਮ ਬੈਠੇ ਰਹਾਂਗੇ ਜਿੰਨਾ ਟਾਈਮ ਸਾਡੀਆਂ ਜਿਹੜੀਆਂ ਸਮੱਸਿਆਵਾਂ ਦਾ ਜਾਂ ਮੰਗਾਂ ਨੇ ਸਾਡੀਆਂ ਪੂਰੀਆਂ ਨਹੀਂ ਜਿਹੜਾ ਡੀ ਸੀ ਦਫ਼ਤਰ ਅੱਗੇ ਧਰਨਾ ਲੱਗਾ ਹੋਇਆ ਉਹ ਤੁਸੀਂ ਚੱਕ ਕੇ ਇੱਥੇ ਸ਼ਿਫਟ ਕਰ ਦਿੱਤਾ ਗਿਆ ਹਾਂਜੀ ਸਰ ਅੱਜ ਅਸੀਂ ਉੱਥੋਂ ਹੁਣ ਇੱਥੇ ਸ਼ਿਫਟ ਕਰ ਰਹੇ ਹਾਂਗੇ ਅਤੇ ਇੱਥੇ ਹੀ ਬੈਠਾਂਗੇ ਹੁਣ ਅਸੀਂ ਜਿੰਨਾ ਟਾਈਮ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਮੰਤਰੀ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਕਿਹਾ ਜਾਂਦਾ ਪਰੰਤੂ ਗਾਲ ਮੰਤਰੀ ਨੇ ਜਿਹੜੇ ਬੇਰੁਜ਼ਗਾਰਾਂ ਨੂੰ ਗਾਲਾਂ ਕੱਢਦੇ ਆ ਇਸੇ ਥਾਂ ਤੇ ਲਾਠੀਆਂ ਜਿਹੜਾ ਪਾਣੀ ਦੀਆਂ ਪਛਾੜਾਂ ਮਾਰੀਆਂ ਜਾਂਦੀਆਂ ਨੇ ਅਸੀਂ ਦੋ ਕਰੀਬ 6 ਮਹੀਨਿਆਂ ਤੋਂ ਲੈ ਕੇ ਲਗਾਤਾਰ ਸਿੱਖਿਆ ਵਿਭਾਗ ਦੇ ਵਿੱਚ 15,000 ਬੇਰੁਜ਼ਗਾਰ ਬੀ ਐਡ ਨੂੰ ਭਰਤੀ ਕਰਨ ਦੀ ਮੰਗ ਕਰਦੇ ਆ ਰਹੇ ਹਾਂ ਪਰੰਤੂ ਪੰਜਾਬ ਸਰਕਾਰ ਨੇ 13 ਤਰੀਕ ਦੀ ਮੀਟਿੰਗ ਦੇ ਵਿੱਚ ਸਾਡੇ ਨਾਲ ਵਾਅਦਾ ਕਰਕੇ ਵੀ ਸਿਰਫ 1442 ਪੋਸਟਾਂ ਦੀ ਜਾਂ 2182 ਪੋਸਟਾਂ ਦੀ ਇੱਕ ਲਿਸਟ ਪਾਈ ਆ ਕੱਲ੍ਹ ਜਿਹਦੇ ਤੋਂ ਬੇਰੁਜ਼ਗਾਰ ਪੂਰੀ ਤਰ੍ਹਾਂ ਨਿਰਾਸ਼ ਨੇ ਸਿਰਫ 152 ਪੋਸਟਾਂ SST ਪੰਜਾਬੀ ਹਿੰਦੀ ਵਾਸਤੇ ਦਿੱਤੀਆਂ ਗਈਆਂ ਨੇ ਜਿਹੜੀਆਂ ਬਹੁਤ ਘੱਟ ਹੈ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਸਹਿਰ ਉਹਨਾਂ ਦੀ ਕੋਠੀ ਮੂਹਰੇ ਪੱਕਾ ਧਰਨਾ ਲਾ ਕੇ ਬੈਠੇ ਹੋਏ ਹਾਂ ਪਿਛਲੇ 6 ਮਹੀਨਿਆਂ ਤੋਂ DC ਦਫ਼ਤਰ ਮੂਹਰੇ ਬੈਠੇ ਹੋਏ ਹਾਂ ਅੱਜ ਉਹਨਾਂ ਦੀ ਕੋਠੀ ਦੇ ਮੂਹਰੇ ਉਦੋਂ ਤੱਕ ਜਾਮ ਲਾ ਕੇ ਰੱਖਾਂਗੇ ਉਦੋਂ ਤੱਕ ਧਰਨਾ ਲਾ ਕੇ ਰੱਖਾਂਗੇ ਅਤੇ ਜਦੋਂ ਤੱਕ ਬੇਰੁਜ਼ਗਾਰਾਂ ਨਾਲ ਬੈਠ ਕੇ ਸਿੱਖਿਆ ਮੰਤਰੀ ਪੰਜਾਬ ਦੇ ਵਿੱਚ 15,000 BA ਟੈਟ ਪਾਸ ਅਧਿਆਪਕਾਂ ਨੂੰ ਭਰਤੀ ਕਰਨ ਦਾ ਐਲਾਨ ਨਹੀਂ ਕਰਦੇ ਉਹਨਾਂ ਨੂੰ ਨੌਕਰੀਆਂ ਦੇਣ ਦਾ ਉਹਨਾਂ ਨੂੰ ਰੁਜ਼ਗਾਰ ਦੇਣ ਦਾ ਜਿਹੜਾ ਪੰਜਾਬ ਸਰਕਾਰ ਐਲਾਨ ਨਹੀਂ ਕਰਦੀ ਉਦੋਂ ਤੱਕ ਇੱਥੇ ਬੈਠਾਂਗੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਦੇ ਮੂਹਰੇ ਬੈਰੀਗੇਡ ਪਾਰ ਕਰ ਕੋਸ਼ਿਸ਼ ਕਰੋਗੇ ਬਾਹਰ ਜਾਣ ਦੇ ਅੰਦਰ ਜਾਣ ਦੇ ਸਾਡਾ ਜਿਹੜਾ ਮੰਤਵ ਹੈ ਜਿਹੜਾ ਸਾਡਾ ਪਰਪਜ ਹੈ ਇਸ ਰਸਤੇ ਤੋਂ ਮੰਤਰੀ ਆਪਣੀ ਕੋਠੀ ਨਾ ਜਾ ਸਕਣ ਇਸ ਗੱਲ ਵਾਸਤੇ ਰੋਕਣ ਵਾਸਤੇ ਹੈ ਕਿ ਮੰਤਰੀ ਸਾਹਿਬ ਕੋਠੀ ਵਿੱਚ ਸਾਡੀ ਗੱਲ ਨਹੀਂ ਸੁਣਦੇ ਜਾਂ ਸਾਨੂੰ ਜਾਣ ਨਹੀਂ ਦਿੱਤਾ ਜਾਂਦਾ ਅਤੇ ਜਿੱਥੇ ਅਸੀਂ ਬੈਠੇ ਹੋਏ ਹਾਂ DC ਦਫ਼ਤਰ ਮੂਹਰੇ ਉੱਥੇ ਪਹੁੰਚ ਨਹੀਂ ਰਹੇ ਤਾਂ ਕਰਕੇ ਅਸੀਂ ਇੱਥੇ ਬੈਠਾਂਗੇ ਇਸ ਰਸਤੇ ਤੋਂ ਮੰਤਰੀ ਸਾਹਿਬ ਜਦੋਂ ਗੁਜ਼ਰਨਗੇ ਤਾਂ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਖੜਾ ਕੇ ਇਹ ਗੱਲ ਪੁੱਛਣੀ ਹੈ ਕਿ 15,000 ਪੰਜਾਬ ਦੇ ਬੇਰੁਜ਼ਗਾਰ ਜਿਹੜੇ ਨੌਕਰੀਆਂ ਮੰਗਦੇ ਆ 60,000 ਦੇ ਕਰੀਬ ਟੈਟ ਪਾਸ ਬੇਰੁਜ਼ਗਾਰ BA ਨੇ ਪੰਜਾਬ ਦੇ ਸਕੂਲਾਂ ਦੇ ਵਿੱਚ 35,000 ਦੇ ਕਰੀਬ ਜਿਹੜੀਆਂ ਅਸਾਮੀਆਂ ਖਾਲੀ ਨੇ ਉਹਨਾਂ ਦੇ ਉੱਤੇ ਘੱਟੋ ਘੱਟ 15,000 ਪਹਿਲੀ ਕਿਸ਼ਤ ਦੇ ਵਿੱਚ ਬੇਰੁਜ਼ਗਾਰ ਨੂੰ ਭਰਤੀ ਕੀਤਾ ਜਾਵੇ ਇਹ ਗੱਲ ਪੁੱਛਣ ਵਾਸਤੇ ਇਸ ਰਸਤੇ ਤੇ ਬੈਠੇ ਹੋਏ ਆ ਤੇ ਇੱਥੇ ਬੈਠਾਂਗੇ ਢਿਲਵਾ ਸਾਹਿਬ ਕਦੋਂ ਤੱਕ ਧਰਨਾ ਜਾਰੀ ਰਹੂਗਾ ਇਹ ਧਰਨਾ ਉਦੋਂ ਤੱਕ ਜਾਰੀ ਰਹਿਣਾ ਜਦੋਂ ਤੱਕ ਸਿੱਖਿਆ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਬੈਠ ਕੇ ਗੱਲ ਨਾ ਕੀਤੀ ਜਦੋਂ ਤੱਕ 15,000 ਦੀਆਂ ਅਸਾਮੀਆਂ ਦੀ ਉਮਰ ਹੱਦ ਵਿੱਚ ਛੋੜ ਦੇਣ ਦੀ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਸਾਥੀ ਓਵਰੇਜ ਹੋ ਰਹੇ ਨੇ ਭਾਵੇਂ ਵਾਅਦਾ ਕੀਤਾ ਅਨੇਕਾਂ ਵਾਰ ਸਿੱਖਿਆ ਮੰਤਰੀ ਨੇ ਪਰੰਤੂ ਸਾਡੇ ਤੋਂ ਵਾਅਦੇ ਤੋਂ ਮੁੱਕਰ ਚੁੱਕੇ ਨੇ 13 ਤਰੀਕ ਦੀ ਮੀਟਿੰਗ ਦੇ ਵਿੱਚ ਇਸ ਮੰਗ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ ਜਦੋਂ ਤੱਕ ਇਹਨਾਂ ਮੰਗਾਂ 'ਤੇ ਸਰਕਾਰ ਸਾਡੀ ਸਹਿਮਤੀ ਨਹੀਂ ਬਣਾਉਂਦੀ ਉਦੋਂ ਤੱਕ ਅਸੀਂ ਇਸ ਥਾਂ 'ਤੇ ਬੈਠੇ ਹੋਏ ਹਾਂ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨਹੀਨਤਾ ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀਰਾਮ ਜੀ ਅੱਜ ਹੀ ਫੋਨ ਕਰੋ